ਪੀਣਾ ਨਾਲ ਮੈਂ ਕਿੱਦਾਂ ਬਣੀ ਕਾਫੀ ਵਧੀਆ ਬਣੀ ਮੈਨੂੰ ਇਹੀ ਸੋਚ ਸੋਚ ਕੇ ਹੈਰਾਨੀ ਹੋਈ ਜਾਂਦੀ ਪਈ ਕਿ ਇੱਥੇ ਲੋਕੀ ਰੌਲਾ ਕਾਹਤੋਂ ਨਹੀਂ ਪਾਉਂਦੇ ਪਏ ਮੈਨੂੰ ਵੀ ਨਾ ਆਪਣੀ ਆਵਾਜ਼ ਥੋੜੀ ਮੱਧਮ ਕਰਕੇ ਬੋਲਣਾ ਪੈਂਦਾ ਪਿਆ ਜੇਕਰ ਬਹੁਤੀ ਜ਼ਿਆਦਾ ਆਵਾਜ਼ਾਂ ਨਾ ਹੋਣ ਤੁਹਾਡੇ ਆਲੇ ਦੁਆਲੇ ਫਿਰ ਤੁਸੀਂ ਉੱਚੀ ਬੋਲਦੇ ਤੁਹਾਨੂੰ ਆਪਣੇ ਆਪ ਨੂੰ ਸ਼ਦਾਈ ਫੀਲ ਹੁੰਦਾ ਤੈਨੂੰ ਇੱਕ ਹਾਸੇ ਵਾਲੀ ਗੱਲ ਦੱਸਣਾ ਜੇ ਤੂੰ ਉੱਥੇ ਹੋਈਦਾ ਨਾ ਆਪਾਂ ਮੈਂ ਜੇ ਆਪਣੇ ਸਟੋਰ ਦੇ ਬਾਹਰ ਖੜਾ ਹੋਵਾਂ ਨਾ ਇਹ ਜਿਹੜੀ ਘੜੀ ਹੈ ਨਾ 2 ਮਿੰਟ ਬਾਅਦ ਕਹਿੰਦੀ ਤੂੰ ਬਹੁਤ ਜ਼ਿਆਦਾ ਲਾਊਡ ਐਨਵਾਇਰਮੈਂਟ ਦੇ ਵਿੱਚ ਕਾਹਤੋਂ ਕਹਿੰਦੀ ਕਿ ਕੋਈ ਟਰੈਕਟਰ ਵਗੈਰਾ ਲੰਘਦਾ ਨਾ ਤੇ ਉਹਨਾਂ ਨੇ ਆਪਣਾ ਡੀਜੇ ਲਾਇਆ ਹੁੰਦਾ ਪਿੱਛੇ ਟਰੈਕਟਰ ਦੇ ਇਦਾਂ ਨਾਲ ਤੇ ਉਹ ਡੀਜੇ ਦੇ ਉੱਪਰ ਬੈਠੇ ਹੁੰਦੇ ਉਹ ਕੋਲੂ ਲੰਘਦੇ ਤੇ ਕਹਿੰਦੀ ਜੇ ਤੂੰ ਅੱਧਾ ਘੰਟਾ ਵੀ ਇੱਥੇ ਰਿਹਾ ਨਾ ਇਸ ਐਨਵਾਇਰਮੈਂਟ 'ਚ ਤੇ ਤੂੰ ਬੋਲਾ ਹੋ ਜਾਣਾ ਮੈਨੂੰ ਹਾਸਾ ਇਸ ਗੱਲ ਤੇ ਆਉਂਦਾ ਸੋਰੀ ਦੀ ਮੈਨੂੰ ਤਾਂ ਤੂੰ ਸਹੀ ਕਹਿੰਦੀ ਵੀ ਜਿਹੜਾ ਡੀਜੇ ਦੇ ਉੱਪਰ ਬੈਠਾ ਉਹਦਾ ਕੀ ਮੁੰਡਿਆਂ ਦੇ ਕੁੜੀਆਂ ਦੇ ਵਿੱਚ ਇੰਨਾ ਜ਼ਿਆਦਾ ਫਰਕ ਹੈ ਕਿ ਸੀਮਾ ਦੇ ਕੋਲ ਕੱਪੜੇ ਨੇ ਨਾ ਜਿਹੜੇ ਉਹਨੇ ਇੱਕ ਪਹਿਲਾਂ ਟੀ ਸ਼ਰਟ 2-3 ਹੋਰ ਚੀਜ਼ਾਂ ਨਵੀਆਂ ਨਵੀਆਂ ਕੱਢੀਆਂ ਉਹਨਾਂ ਦੇ ਸਟਿੱਕਰ ਵੀ ਨਹੀਂ ਲੱਥੇ ਹੈਗੇ ਉਹ ਟੈਗ ਲਾਏ ਉਹਨੇ ਪਹਿਲਾਂ ਇੱਕ ਪਾ ਕੇ ਦੇ ਕੇ ਕਹਿੰਦੀ ਨਹੀਂ ਚੰਗਾ ਦੂਜਾ ਪਾਇਆ ਹੁਣ ਉਹ ਕਹਿੰਦੀ ਹੈ ਥੋੜ੍ਹਾ ਠੀਕ 2 ਪੈਂਟਾਂ ਨੇ ਮੇਰੇ ਕੋਲ ਜੀਨ ਦੀਆਂ ਜਿਹੜੀਆਂ 2 ਪੈਂਟਾਂ ਨੇ ਨਾ ਉਹ ਵਿਚਾਰੀਆਂ ਐਵੇਂ ਧੋਤੀਆਂ ਵੀ ਨਹੀਂ ਹੈਗੀਆਂ ਐਵੇਂ ਲਿਆ ਕੱਪੜੇ ਇੰਨੇ ਕੀ ਕਰਨੇ ਮੈਂ ਫਜ਼ੂਲ ਖਰਚੀ ਨਹੀਂ ਕਰਦਾ जे 10 मिनट ला के होंगे तू इना वादिया लग ही जाना अज का प्रोग्राम है जिन्हें भी इतने फेमस पॉइंट चीजा ने ना सारिया आप देखनी अज इस टाइम तू ऐदा लगती भी जिदा जहाज उड़ान चली तुर के उधर ऐदा लगना की फाइटर प्लेन ਉਡਾਨ ਚੱਲੀ ਇਹ ਵਾਲਾ ਜਿਹੜਾ ਰਸਤਾ ਹੈ ਨਾ ਇਹ ਤੂੰ ਮੈਂ ਲਾਹ 'ਤੇ ਲਿਆ ਸੀ ਮੋਟਰਸਾਈਕਲ ਪਰ ਹੁਣ ਚੜ੍ਹਾਉਣਾ ਕਿੱਦਾਂ ਇਹ ਨਹੀਂ ਸਮਝ ਆਉਂਦੀ ਪਈ ਇੱਥੇ ਲੋਕੀ ਫੋਟੋਆਂ ਖਿਚਵਾਉਣ ਆਉਂਦੇ ਸਪੈਸ਼ਲ ਜਿਹੜੇ ਨਵੇਂ ਨਵੇਂ ਵਿਆਹ ਕਰਵਾ ਕੇ ਆਉਂਦੇ ਨਾ ਫਿਰ ਐਂ ਕਰਕੇ ਬਾਹਾਂ 'ਚ ਬਾਹਾਂ ਪਾ ਫਿਰ ਉਹੀ ਬਾਹਾਂ ਧਰੂ ਧਰੂ ਮਾਰਦੇ ਨੇ ਕਾਰ ਤੇ ਆਉਣਾ ਇੱਥੇ ਥੋੜ੍ਹਾ ਜਿਹਾ ਡਿਫੀਕਲਟ ਹੈ ਡਿਫੀਕਲਟ ਮੀਨਸ ਕਿ ਜਿਹੜਾ ਐਕਸਪੀਰੀਅੰਸ ਡਰਾਈਵਰ ਹੈ ਉਹਦੇ ਵਾਸਤੇ ਤਾਂ ਕੋਈ ਗੱਲ ਨਹੀਂ ਲੇਕਿਨ ਜਿਹੜਾ ਇੰਨਾ ਜ਼ਿਆਦਾ ਐਕਸਪੀਰੀਅੰਸ ਨਹੀਂ ਉਹ ਥੋੜ੍ਹਾ ਜਿਹਾ ਮਾਮਲਾ ਰਿਸਕੀ ਟਰਨ ਬਹੁਤ ਜ਼ਿਆਦਾ ਸ਼ਾਰਪ ਨੇ ਜੇ ਅੱਗੋਂ ਕੋਈ ਚੀਜ਼ ਆ ਜਾਵੇ ਨਾ ਫਿਰ ਉੱਥੇ ਥੋੜ੍ਹਾ ਜਿਹਾ ਐਕਸਪੀਰੀਅੰਸ ਡਰਾਈਵਰ ਹੋਣਾ ਚਾਹੀਦਾ ਫੇਰ ਗੱਲ ਬਣਦੀ ਚਲ ਧੋਤੀ ਬਹੁਤ ਜ਼ਿਆਦਾ ਮੈਂ ਉਦਾਂ ਵੀ ਸਹੀ ਦੇਖਦਾ ਜਦੋਂ ਮੈਂ ਆ ਮਾਸਕ ਪਾਉਣੀ ਆ ਨਾ ਬੜੇ ਧਿਆਨ ਨਾਲ ਕਿ ਵਾਲ ਨਾ ਖਰਾਬ ਹੋ ਜਾਣ ਐਵੇਂ ਪਾਉਂਦੇ ਨੇ ਨਾ ਜਿਹੜੇ ਬੰਦੇ ਹੁੰਦੇ ਨਾ ਹੈਂਡਸਮ ਜਿਨ੍ਹਾਂ ਨੂੰ ਆਪਣੀ ਹੈਂਡਸਮਨੈਸ ਤੇ ਪੂਰਾ ਯਕੀਨ ਹੁੰਦਾ ਉਹ ਨਹੀਂ ਪਰਵਾਹ ਕਰਦੇ ਇਹੋ ਜਿਹੀਆਂ ਗੱਲਾਂ ਦੀ ਸਮਝ ਗਈ ਇਹ ਜਿਹੜੇ ਬੰਦੇ ਇਨਸਿਕਿਉਰ ਅੰਦਰੋਂ ਖੁਤਰੂ ਖੁਤਰੂ ਹੁੰਦਾ ਰਹਿੰਦਾ ਕਿ ਪਤਾ ਨਹੀਂ ਮੈਂ ਕਿੱਦਾਂ ਦਾ ਲੱਗਣਾ ਪਿਆ ਲੱਗਣੀ ਪਈ ਉਹਨਾਂ ਨੂੰ ਹੁੰਦਾ ਸਾਨੂੰ ਪਤਾ ਆਪਾਂ ਕੋਈ ਚੱਕਰ ਹੀ ਨਹੀਂ ਹੈਂਡਸਮਨੈਸ ਡੁੱਲ ਡੁੱਲ ਪੈਣ ਦੀ ਤੇ ਜਾ ਫਿਰ ਮੈਂ ਆਉਂਦੀ ਹਾਂ ਹੈਂਡਸਮਨੈਸ ਖਿਲਾਰ ਜਾ ਕੇ ਚੱਲ ਚਲੀਏ ਮਜ਼ੇਦਾਰ ਰਸਤਾ ਵਾਹਿਗੁਰੂ ਵਾਹਿਗੁਰੂ ਕਰ ਸੜਕ ਵੀ ਬੋਲੇ ਜੈ ਬਾਬੇ ਦੀ ਪਹਾੜ ਵੀ ਬੋਲਣ ਜੈ ਬਾਬੇ ਦੀ ਬੁਲਟ ਵੀ ਬੋਲੇ ਜੈ ਬਾਬੇ ਦੀ ਬਾਬੇ ਨੇ ਸੁਣਿਆ ਜੈ ਬਾਬੇ ਦੀ ਗੋਪਰੋ ਲੈ ਕੇ ਨਾ ਹੈਲਮਟ ਤੇ ਪੱਕਾ ਹੀ ਉਹਨੂੰ ਫਿਕਸ ਕਰ ਲੈਣਾ ਜਿਹੜੇ ਇਹ ਵਾਲੀਆਂ ਘਟਨਾਵਾਂ ਨੇ ਦਿਲਚਸਪ ਇਹ ਤੇ ਰਿਕਾਰਡ ਹੀ ਨਹੀਂ ਹੋਈਆਂ ਮੈਪ ਸਾਨੂੰ ਦਿਖਾਉਣ ਡਏ ਆ ਕਿ ਰਸਤਾ ਇੱਧਰ ਜਾਓ ਤੇ ਅੱਗੇ ਪੌੜੀਆਂ ਔਰ ਪਾਇਆ ਵੀ ਕਾਰ ਵਾਲਾ ਰੂਟ ਇਹ ਵੀ ਨਹੀਂ ਕਿ ਪੈਦਲ ਵਾਲਾ ਰੂਟ ਥੋੜੀ ਪਾਇਆ ਆਪਾਂ ਕਾਰ ਵਾਲਾ ਰੂਟ ਪਾਇਆ ਕਹਿੰਦਾ ਕਾਰ ਚੜਾ ਦਿਓ ਪੌੜੀਆਂ ਤੇ ਦੇਖੀ ਜਾਏ ਇਹਨੂੰ ਮੈਂ ਰਿਕੁਐਸਟ ਕੀਤੀ ਮੈਂ ਕਿਹਾ ਕਿ ਇੱਕ ਫੋਟੋ ਖਿੱਚ ਦੇ ਮੇਰੀ ਤੇ ਮੈਨੂੰ ਅੱਗੋਂ ਪਤਾ ਕੀ ਕਹਿੰਦੀ ਕਹਿੰਦੀ ਉਹੀ ਮੂੰਹ ਤੇਰਾ ਉਹੀ ਕੱਪੜੇ ਫੋਟੋਆਂ ਖਿੱਚ ਕੇ ਕੀ ਕਰਨੇ ਮੈਂ ਕਹਿੰਦਾ ਫਿੱਟੇ ਮੂੰਹ ਇਹ ਮੂੰਹ ਨਹੀਂ ਫਿੱਟੇ ਮੂੰਹ ਹੈ ਮੈਨੂੰ ਤੇ ਸਮਝ ਨਹੀਂ ਆਉਂਦੀ ਲੋਕੀ ਕਾਹਤੋਂ ਇੰਨੀਆਂ ਫੋਟੋ ਖਿਚਾਉਂਦੇ ਨੇ ਡੱਲ ਲੇਕ ਜੋ ਕਿ ਇਸ ਟਾਈਮ ਬਿਲਕੁਲ ਡੱਲ ਲੇਕ ਬਾਕਸੂ ਵਾਟਰਫਾਲ ਇਹ ਵਾਲਾ ਰਸਤਾ ਆਹ ਤਾਂ ਠੀਕ ਹੈ ਇਹ ਲੱਗਦਾ ਪਿਆ ਜਿੱਦਾਂ ਪਾਲਕ ਦੀ ਭੈਣ ਵੇ ਕੋਈ ਚਾਚੇ ਦਾ ਇਹਦੀ ਕੁੜੀ ਪਾਲਕ ਦੀ ਐ ਤੇ ਬੋਧੇ ਰਸ਼ ਇੱਧਰ ਉਦੋਂ ਵੀ ਇਦਾਂ ਹੀ ਸੀ ਤੇ ਗੱਡੀ ਲੈ ਗਈ ਸੀ ਗੱਡੀ ਲੈ ਗਿਆ ਸੀ ਇੱਧਰ ਤੂੰ ਸੋਚ ਗੱਡੀ ਕਿੱਦਾਂ ਲੈ ਕੇ ਆਵਾਂਗਾ ਮੈਂ ਇੱਧਰ ਇੱਕ ਟਾਈਮ ਤੇ ਜਾਂ ਤਾਂ ਆ ਸਕਦੀਆਂ ਜਾਂ ਜਾ ਸਕਦੀਆਂ ਹੁਣ ਉਹ ਪੁਲਿਸ ਵਾਲਾ ਨਾ ਜਿਹੜਾ ਪਿੱਛੇ ਉਹਨੇ ਇਹਨਾਂ ਨੂੰ ਰੋਕ ਦੇਣਾ ਤੇ ਉਧਰ ਵਾਲੀ ਆਣਗੀਆਂ ਫਿਰ ਐ ਕਿਹੜੀ ਜਗ੍ਹਾ ਬਾਕਸੂ ਵਾਟਰਫਾਲ ਸ਼੍ਰੇਯਸ ਕਾਮਤ ਕਹਿੰਦਾ ਸੀ ਸਾਲਿਆ ਕਾਰਡੀਓ ਕਰ ਲੈ ਕਰ ਲੈ ਉਦੋਂ ਮੈਂ ਕਹਿੰਦਾ ਸੀ ਮਸਲ ਬਣਨੇ ਨੂੰ ਕਾਰਡੀਓ ਕੀ ਕਰਨਾ ਆਂਦਾ ਭਰਾ ਆਂਦਾ ਕਿਤੇ ਕਿਤੇ ਕਾਰਡੀਓ ਕੰਮ ਹਾਏ ਉਹ ਜਦ ਬੜੀ ਦੂਰ ਹੈ ਬੁੱਗੋ ਥੋੜੇ ਰਹਿ ਗਿਆ ਮੈਂ ਥੱਲੂ ਦੇਖ ਕੇ ਮੰਗਾ ਆ ਲੱਗ ਜੀ ਤੇ ਪਲਾਂਗ ਨਹੀਂ ਪਟੀਨ ਦੀ ਵਰਗਾ
ਕਿੱਦਾਂ ਫਿਰ ਆਖਰ ਘਰ ਪਹੁੰਚ ਗਏ ਆ ਪਹੁੰਚ ਗਏ ਆ ਨਾ ਹਾਂ ਓ ਠੰਡਾ ਪਾਣੀ ਬੜੀ ਸੁਨਸਾਨ ਜਗ੍ਹਾ ਹੈ ਆ ਤੇ ਜੇ ਤੈਨੂੰ ਕੋਈ ਰਾਤ ਨੂੰ ਇੱਥੇ ਕਵੇ ਤੂੰ ਆ ਸਕਦੀ ਮੈਂ ਕਦੋਂ ਆਣਾ ਇੱਥੇ ਰਾਤ ਨੂੰ ਚੱਲ ਮੈਂ ਤੈਨੂੰ 1,00,000 ਰੁਪਏ ਦੇਵਾਂਗਾ ਫਿਰ ਆਏਂਗੀ ਨਹੀਂ ਮੈਂ ਨਹੀਂ ਆਉਂਦੀ 2,05,000,000 ਨਹੀਂ ਲੈ ਮੈਨੂੰ 1,000 ਰੁਪਏ ਦੇ ਮੈਂ ਆ ਜਾਵਾਂਗਾ ਕਿੰਨੀ ਸ਼ਾਂਤੀ ਹੈ ਜੇ ਕਬਰਸਤਾਨ ਹੈ ਸ਼ਾਂਤੀ ਵਾਸਤੇ ਬੰਦਾ ਮਰਦਾ ਸ਼ਾਂਤੀ ਹੋਣੀ ਐਵੇਂ ਸਾਡਾ ਹੋਟਲ ਇੰਨੀ ਜੱਦੋਜਹਿਦ ਦੇ ਬਾਅਦ ਬੜਾ ਵਧੀਆ ਜਗ੍ਹਾ ਤੇ ਵੇ ਬਹੁਤ ਵਧੀਆ ਵਿਊ ਲਾਸਟ ਜਿੱਥੇ ਸੜਕ ਖਤਮ ਹੁੰਦੀ ਹੈ ਉੱਥੇ ਆ ਡਾਊਟ ਵਾਲੇ ਪਾਇਲਟ ਤੋਂ ਅੱਛਾ ਹੂੰ ਮੈਂ ਐਂਡ ਕਰਨ ਲੱਗੇ ਹਾਂ ਡੇ ਦਾ ਵਧੀਆ ਜੀ ਕਾਫੀ ਨਾਲ ਸਾਹਮਣੇ ਸਨਸੈਟ ਅੱਜ ਬੜਾ ਤੁਰੇ ਹਾਂ ਆਪਾਂ ਚੜ੍ਹਾਈਆਂ ਬੜੀਆਂ ਚੜ੍ਹੀਆਂ ਝੂਟੇ ਮਾਟੇ ਲੈ ਲੂ ਕੇ ਹੁਣ ਆ ਗਏ ਆਪਾਂ ਹੋਟਲ ਵਿੱਚ ਅੱਜ ਵੇ ਲਾਸਟ ਦਿਨ ਆਪਣਾ ਇੱਥੇ ਸਵੇਰੇ ਆਪਾਂ ਤੁਰ ਪੈਣਾ ਇੱਥੋਂ ਮੈਕਲੋਡਗੰਜ ਨੂੰ ਬਾਏ ਬਾਏ ਹੋਪ ਕਿ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਏਗੀ ਜੇ ਨਹੀਂ ਚੰਗੀ ਲੱਗੀ ਫਿਰ ਕੀ ਕਹਿ ਸਕਦਾ ਬੰਦਾ ਕੀ ਕਰ ਸਕਦਾ ਹੈ ਨਾ ਕੁਛ ਨਹੀਂ ਕਰ ਸਕਦਾ ਫਿਰ ਬੰਦਾ ਮਜ਼ੇ ਕਰ ਫਿਰ ਬਾਏ